ਇੱਕ ਬੜੀ ਵਿਲੱਖਣ ਇਤਿਹਾਸਕ ਜਗ੍ਹਾ ਗੁਰੂ ਅਮਰਦਾਸ ਜੀ ਨਾਲ ਸੰਬੰਧਿਤ ਜਿਹੜੀ ਜਗ੍ਹਾ ਤੁਸੀਂ ਪਿੱਛੇ ਦੇਖ ਰਹੇ ਹੋ, ਸਤੀ ਪ੍ਰਥਾ ਸੀ ਬਾਰੇ ਸਾਨੂੰ ਪਤਾ ਕਿ ਸਤੀ ਪ੍ਰਥਾ ਗੁਰੂ ਅਮਰਦਾਸ ਜੀ ਨੇ ਅਕਬਰ ਬਾਦਸ਼ਾਹ ਨੂੰ ਕਹਿ ਕੇ ਬੰਦ ਕਰਵਾਈ ਸੀ। ਸੋ ਹਰਿਦੁਆਰ ਉਹ ਜਗ੍ਹਾ ਸੀ ਜਿੱਥੇ ਆਮ ਕਰਕੇ ਔਰਤਾਂ ਸਤੀ ਕੀਤੀਆਂ ਜਾਂਦੀਆਂ। ਗੁਰੂ ਅਮਰਦਾਸ ਜੀ ਗੁਰੂ ਬਣਨ ਤੋਂ ਪਹਿਲਾਂ 21 ਵਾਰ ਕਹਿੰਦੇ ਉਹਨਾਂ ਨੇ ਹਰਿਦੁਆਰ ਗੰਗਾ ਦੇ ਉੱਪਰ ਇਸ਼ਨਾਨ ਕੀਤਾ। ਤੋ ਵਿਊ ਆ ਇੱਥੇ ਔਰਤਾਂ ਦੀ ਜਿਹੜੀ ਸਤੀ ਹੁੰਦੀਆਂ ਸੀ ਉਹਨਾਂ ਦੀਆਂ ਜਗ੍ਹਾ ਬਣੀਆਂ ਪੁਰਾਣੀਆਂ ਦੇਖ ਸਕਦੇ। ਸੋ ਇਹ ਉਹ ਸਥਾਨ ਸੀਗਾ ਜੀ। ਮੈਂ ਇਸ ਵਕਤ ਹਰਿਦੁਆਰ ਹਾਂ ਅਤੇ ਆਪਣੇ PhD ਦੇ ਰਿਸਰਚ ਵਰਕ ਦੇ ਸੰਬੰਧ ਦੇ ਵਿੱਚ ਮੈਂ ਹਰਿਦੁਆਰ ਸੀ। ਸੋ ਮੈਂ ਅਲੱਗ ਅਲੱਗ ਜਗ੍ਹਾ ਇੱਥੋਂ ਦੀਆਂ ਇਤਿਹਾਸਿਕ ਦੇਖ ਰਿਹਾ, ਦਰਸ਼ਨ ਕਰ ਰਿਹਾ ਅਤੇ ਇੱਕ ਬੜੀ ਵਿਲੱਖਣ ਇਤਿਹਾਸਿਕ ਜਗ੍ਹਾ ਗੁਰੂ ਅਮਰਦਾਸ ਜੀ ਨਾਲ ਸੰਬੰਧਿਤ ਜਿਹੜੀ ਜਗ੍ਹਾ ਤੁਸੀਂ ਪਿੱਛੇ ਦੇਖ ਰਹੇ ਹੋ। ਸਤੀ ਪ੍ਰਥਾ ਸੀ ਬਾਰੇ ਸਾਨੂੰ ਪਤਾ ਕਿ ਸਤੀ ਪ੍ਰਥਾ ਗੁਰੂ ਅਮਰਦਾਸ ਜੀ ਨੇ ਅਕਬਰ ਬਾਦਸ਼ਾਹ ਨੂੰ ਕਹਿ ਕੇ ਬੰਦ ਕਰਵਾਈ ਸੀ। ਸੋ ਹਰਿਦੁਆਰ ਉਹ ਜਗ੍ਹਾ ਸੀ ਜਿੱਥੇ ਆਮ ਕਰਕੇ ਔਰਤਾਂ ਸਤੀ ਕੀਤੀਆਂ ਜਾਂਦੀਆਂ ਸੀ। ਸੋ ਉਹ ਸਥਾਨ ਗੁਰੂ ਅਮਰਦਾਸ ਜੀ ਨਾਲ ਸੰਬੰਧਿਤ ਇਸ ਜਗ੍ਹਾ ਦੇ ਉੱਪਰ ਹੈ ਜਿੱਥੇ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦੇ ਉੱਪਰ ਰੋਕ ਲਗਵਾਈ ਸੀ। ਆਓ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ। ਇਹ ਜਗ੍ਹਾ ਕਹੀ ਜਾ ਰਹੀ ਕਿ 300 ਸਾਲ ਪੁਰਾਣੀ ਇਹ ਜਗ੍ਹਾ ਐਸਟਮ ਨਿਰਮਲਿਆਂ ਵੱਲੋਂ ਜਿਹੜਾ ਇਹਦਾ ਪ੍ਰਬੰਧ ਚਲਾਇਆ ਜਾ ਰਿਹਾ। ਸੋ ਤਪ ਸਥਾਨ ਤੀਸਰੀ ਪਾਤਸ਼ਾਹੀ ਡੇਰਾ ਬਾਬਾ ਦਰਗਾਹ ਸਿੰਘ ਵੱਲੋਂ ਮਹੰਤ ਕੋਈ ਹੋਏ ਨੇ ਰਣਜੀਤ ਸਿੰਘ ਜੀ। ਸੋ ਇਹ ਲਾਗੇ ਪਟਿਆਲਾ ਹਾਊਸ ਮਹਾਰਾਜ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਸੀਗਾ ਮਹਾਰਾਜਾ ਭੁਪਿੰਦਰ ਸਿੰਘ ਹੋਏ ਜਿਹੜੇ। ਸੋ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ। ਇਹ ਸਾਹਮਣੇ ਜੋ ਤੁਸੀਂ ਸਥਾਨ ਦੇਖ ਸਕਦੇ ਹੋ, ਕਿਉਂਕਿ ਗੁਰੂ ਅਮਰਦਾਸ ਜੀ ਇਤਿਹਾਸ ਪੜ੍ਹਦੇ ਹਾਂ ਅਸੀਂ, ਗੁਰੂ ਅਮਰਦਾਸ ਜੀ ਗੁਰੂ ਬਣਨ ਤੋਂ ਪਹਿਲਾਂ 21 ਵਾਰ ਕਹਿੰਦੇ ਉਹਨਾਂ ਨੇ ਹਰਿਦੁਆਰ ਗੰਗਾ ਦੇ ਉੱਪਰ ਇਸ਼ਨਾਨ ਕੀਤਾ। ਤੋ ਇਹ ਉਹ ਅਸਥਾਨ ਹੈ ਜਿੱਥੇ ਪੰਡਿਤ ਦੁਰਗਾਦਾਸ ਦੇ ਨਾਲ ਗੁਰੂ ਅਮਰਦਾਸ ਜੀ ਦੀ ਵਿਚਾਰ ਚਰਚਾ ਵੀ ਹੋਈ ਗੁਰੂ ਬਣਨ ਤੋਂ ਬਾਅਦ। ਇਹ ਉਹ ਸਥਾਨ ਹੈ, ਇਹਦਾ ਕੁਛ ਇਤਿਹਾਸ ਤੁਸੀਂ ਪੜ੍ਹ ਸਕਦੇ ਹੋ। ਇਹ ਪੰਜਾਬੀ ਦੇ ਵਿੱਚ ਹੈ। ਇੱਧਰ ਇਸ ਗੁਰਦੁਆਰਾ ਸਾਹਿਬ ਦਾ ਆਫਿਸ ਹੈ ਸਾਰਾ, ਅਤੇ ਇੱਧਰ ਨਵਾਂ ਦਰਬਾਰ ਹਾਲ ਬਣਿਆ। ਸੋ ਇੱਧਰ ਆਪਾਂ ਦਰਸ਼ਨ ਕਰਦੇ ਹਾਂ ਜਿਹੜਾ ਇਹ ਪੁਰਾਣਾ ਸਥਾਨ, ਇਹ ਨਿਸ਼ਾਨ ਸਾਹਿਬ ਲੱਗਾ ਹੋਇਆ। ਦੇਖੋ ਸੇਵਾ ਕਰਾਈ ਮਹੰਤ ਗੁਲਾਬ ਸਿੰਘ ਜੀ ਡੇਰਾ ਦੁਖਭੰਜਨੀ ਥੋਆ ਖਾਲਸਾ ਜ਼ਿਲ੍ਹਾ ਰਾਵਲਪਿੰਡੀ। ਸੋ ਕੁਝ ਇਹ ਉਹ ਜਗ੍ਹਾ ਜਿੱਥੇ ਗੁਰੂ ਅਮਰਦਾਸ ਜੀ ਬੈਠਦੇ ਸੀਗੇ ਜਾਂ ਜਿਸ ਜਗ੍ਹਾ ਵਿਚਾਰ ਚਰਚਾ ਹੋਈ ਸੀ। ਕੁਝ ਸਿਲਾਂ ਜਿਨ੍ਹਾਂ ਦੇ ਉੱਪਰ ਨਾਮ ਲਿਖਿਆ ਹੋਇਆ। ਬੈਕ ਸਾਈਡ 'ਤੇ ਦੇਖੋ ਗੰਗਾ ਨਦੀ ਵਹਿ ਰਹੀ ਹੈ। ਇਹ ਜਸਵਿੰਦਰ ਭਵਨ ਆ ਇੱਥੇ, ਇੱਥੇ ਤੁਸੀਂ ਜਿਹੜੇ ਯਾਤਰੀਆਂ ਨੇ ਰੁਕਣਾ ਹੋਵੇ ਇੱਥੇ ਰੁਕ ਵੀ ਸਕਦੇ ਨੇ। ਇਹ ਇੱਥੇ ਲੰਗਰ ਹਾਲ ਹੈ।
ਸਾਰਾ ਲੰਗਰ ਹਾਲ, ਇਹ ਸਾਰਾ ਲੰਗਰ ਹਾਲ ਹੈ। ਉਹ ਬੈਕ ਸਾਈਡ 'ਤੇ ਗੰਗਾ ਨਦੀ ਵਹਿ ਰਹੀ ਹੈ। ਇੱਥੇ ਜਿਹੜੇ ਹਾਲ ਦੇ ਵਿੱਚ ਕਮਰੇ ਵੀ ਬਣੇ ਹੋਏ ਆ, ਇਹ ਨਵਾਂ ਦਰਬਾਰ ਹਾਲ ਜਿਹੜਾ ਬਣਿਆ ਉਹਦੇ ਆਪਾਂ ਦਰਸ਼ਨ ਕਰਾਂਗੇ। ਨਵਾਂ ਦਰਬਾਰ ਹਾਲ ਜਿਹੜਾ ਗੁਰਦੁਆਰਾ ਗੁਰੂ ਅਮਰਦਾਸ ਜੀ ਨਾਲ ਸੰਬੰਧਿਤ, ਜਿੱਥੇ ਸਤੀ ਪ੍ਰਥਾ ਦੇ ਉੱਪਰ ਰੋਕ ਲਵਾਈ ਸੀ, ਉਸ ਸਥਾਨ 'ਤੇ ਹੈ। ਹਰਿਦੁਆਰ ਗੁਰਦੁਆਰਾ ਜਿਹੜਾ ਗੁਰੂ ਅਮਰਦਾਸ ਜੀ ਨਾਲ ਸੰਬੰਧਿਤ ਹੈ, ਜਿੱਥੇ ਸਤੀ ਪ੍ਰਥਾ 'ਤੇ ਰੋਕ ਲਗਵਾਈ ਸੀ, ਤੋ ਆਪਾਂ ਇਹਦੇ ਅੰਦਰੋਂ ਆਪਾਂ ਦੇਖਦੇ ਹਾਂ ਬਾਹਰ ਨਾ ਕੁਛ ਸਥਾਨ ਬਣੇ ਹੋਏ ਆ। ਦੇਖੋ ਸਤੀਆਂ ਦੇ ਜਿਹੜੀਆਂ ਔਰਤਾਂ ਸਤੀ ਹੁੰਦੀਆਂ ਸੀ ਉਹਨਾਂ ਦੀਆਂ ਦੇਖੋ ਸਥਾਨ ਬਣੀਆਂ, ਕੁਛ ਜਗ੍ਹਾ ਬਣੀਆਂ ਵਾਈਟ ਕਲਰ ਦੀਆਂ। ਤੋ ਇਹ ਆਪਾਂ ਬਾਹਰੋਂ ਵੀ ਜਾ ਕੇ ਦੇਖਾਂਗੇ। ਇਹ ਦੇਖੋ, ਆਹ ਦੇਖੋ ਇੱਥੋਂ ਕਲੀਅਰ ਦਿਖ ਰਿਹਾ, ਇਹ ਜਿਹੜੀਆਂ ਔਰਤਾਂ ਸਤੀ ਹੁੰਦੀਆਂ ਸੀਗੀਆਂ ਉਹਨਾਂ ਦੀਆਂ ਕੁਛ ਜਗ੍ਹਾ ਜਿਹੜੀਆਂ ਗੁਰਦੁਆਰਾ ਸਾਹਿਬ ਦੇ ਨਾਲ ਬਣੀਆਂ ਹੋਈਆਂ। ਇਹ ਦੇਖ ਸਕਦੇ ਹੋ ਬੈਕ ਸਾਈਡ 'ਤੇ ਗੁਰਦੁਆਰਾ ਸਾਹਿਬ ਦੇ, ਇਹ ਗੰਗਾ ਨਦੀ ਵਹਿ ਰਹੀ ਹੈ। ਸੋ ਇਸ ਗੰਗਾ ਨਦੀ ਦੇ ਕੰਢੇ ਦੇ ਉੱਪਰ ਹੀ ਜਿਹੜੀਆਂ ਔਰਤਾਂ ਸਤੀ ਹੁੰਦੀਆਂ ਸੀ, ਅਤੇ ਗੁਰੂ ਅਮਰਦਾਸ ਜੀ ਨੇ ਇਸ ਸਥਾਨ 'ਤੇ ਜਿਹੜਾ ਕਹਿੰਦੇ ਸਤੀ ਪ੍ਰਥਾ 'ਤੇ ਰੋਕ ਲਗਵਾਈ ਸੀ। ਆਹ ਦੇਖ ਸਕਦੇ ਹੋ ਤਪ ਸਥਾਨ, ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ, ਸਤੀ ਘਾਟ ਕੰਖਲ। ਇੱਧਰ ਬੈਕ ਸਾਈਡ 'ਤੇ ਜਿਹੜਾ ਪਟਿਆਲਾ ਹਾਊਸ ਹੈ, ਮਹਾਰਾਜਾ ਪਟਿਆਲਾ ਦਾ ਬਣਿਆ ਹੋਇਆ ਪੁਰਾਣਾ, ਦੇਖੋ ਇਹ ਵੀ ਬਹੁਤ ਪੁਰਾਣਾ ਸਥਾਨ ਹੈ। ਜਿਹੜੇ ਇੱਥੋਂ ਦੇ ਸਿੱਖ ਆਪਣੇ ਜਾਂ ਉਹ ਇੱਥੇ ਬਾਹਰੋਂ ਵੀ ਆ ਕੇ ਕਈ ਸਿੱਖ ਇੱਥੇ ਆਪਣੇ ਅਸਥੀਆਂ ਜਿਹੜੀਆਂ ਜਲ ਪ੍ਰਵਾਹ ਕਰ ਦਿੰਦੇ ਇੱਥੇ ਆ ਜਿਹੜੇ ਸਥਾਨ ਦੇ ਉੱਪਰ। ਇਹ ਸਾਰਾ ਸਤੀ ਘਾਟ ਆ ਜਿੱਥੇ ਸਤੀ ਹੁੰਦੀਆਂ ਸੀਗੀਆਂ। ਉਹ ਲਿਖਿਓ ਆ ਸ੍ਰੀ ਗੰਗਾ ਮਾਤਾ ਮੰਦਿਰ ਸਤੀ ਘਾਟ ਕਨਖਲ। ਇਹ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰੋਂ ਦੇਖਿਆ ਸੀ, ਆਪਾਂ ਨਜ਼ਦੀਕ ਦੇਖ ਰਹੇ ਹਾਂ, ਇਹ ਬਾਹਰ ਦਾ ਵਿਊ ਆ। ਇੱਥੇ ਔਰਤਾਂ ਦੀਆਂ ਜਿਹੜੀਆਂ ਸਤੀ ਹੁੰਦੀਆਂ ਸੀ ਉਹਨਾਂ ਦੀਆਂ ਜਿਹੜੀਆਂ ਜਗ੍ਹਾ ਬਣੀਆਂ ਪੁਰਾਣੀਆਂ, ਆਹ ਦੇਖ ਸਕਦੇ ਹੋ। ਸੋ ਇਹ ਉਹ ਸਥਾਨ ਸੀਗਾ ਜਿੱਥੇ ਗੁਰੂ ਅਮਰਦਾਸ ਜੀ ਨੇ, ਆਪਾਂ ਇਤਿਹਾਸ 'ਚ ਪੜ੍ਹਦੇ ਹਾਂ ਕਿ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ 'ਤੇ ਰੋਕ ਲਗਵਾਈ। ਸੋ ਇਹ ਕਨਖਲ ਸਤੀ ਘਾਟ ਉਹ ਜਗ੍ਹਾ ਹੈ। ਇੱਥੋਂ ਬੈਕ ਸਾਈਡ ਤੋਂ ਦੇਖ ਰਹੇ ਹੋ ਤੁਸੀਂ, ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰੋਂ ਦਰਸ਼ਨ ਕੀਤੇ ਸੀ, ਆਹ ਬਾਹਰੋਂ ਲਿਖ ਸਕਦੇ ਹੋ ਗੁਰਦੁਆਰਾ ਸਾਹਿਬ ਤੀਸਰੀ ਪਾਤਸ਼ਾਹੀ ਕਨਖਲ। ਇੱਧਰ ਵੀ ਮੰਦਰ ਪੁਰਾਣੇ ਬਣੇ ਹੋਏ ਆ ਇੱਥੇ। ਚਲੋ ਉੱਪਰ ਚੱਕਰ ਕੱਟ ਦੇਣਾ, ਹਾਂਜੀ ਆ ਜਾਓ ਫਿਰ।
ਇਹ ਜਸਵਿੰਦਰ ਭਵਨ ਜਿਹੜਾ ਆਪਾਂ ਬਾਹਰੋਂ ਦੇਖਿਆ ਸੀਗਾ। ਸਨਾਤਨ ਧਰਮ ਸਭਾ, ਪ੍ਰਤੀਨਿਧੀ ਸਭਾ ਪੰਜਾਬ, ਪੰਜਾਬ ਦੀ। ਹਾਂਜੀ, ਇਹ ਸਨਾਤਨ ਧਰਮ ਸਭਾ ਪੰਜਾਬ ਦੀ ਬਹੁਤ ਵੱਡੀ ਅਤੇ ਪੁਰਾਣੀ ਇਮਾਰਤ ਬਣੀ ਹੋਈ ਹੈ। ਦੇਖੋ ਕਿੰਨੀ ਪੁਰਾਣੀ ਹੈ। ਮਿਥਲੇ ਸਨਾਤਨ ਧਰਮ ਇੰਟਰ ਕਾਲਜ ਸਤੀਘਾਟ ਕਣਕ ਹਰਿਦੁਆਰ, ਸ਼੍ਰੀ ਸਨਾਤਨ ਧਰਮ ਪ੍ਰਤੀਨਿਧ ਸਭਾ ਪੰਜਾਬ। ਹਾਂ ਦੇਖੋ, ਇਹ ਵੀ ਇਹਦੇ ਵਿੱਚ ਕੁਛ ਪੁਰਾਣੀਆਂ ਇੱਟਾਂ ਦਾ ਬਣਿਆ, ਬਹੁਤ ਪੁਰਾਣਾ ਲੱਗਦਾ ਕੁਛ ਚੀਜ਼। ਇਹ ਪਟਿਆਲਾ ਹਾਊਸ ਸਾਹਮਣੇ ਦੇਖ ਰਹੇ ਹੋ ਤੁਸੀਂ, ਗੇਟ ਲੱਗ ਰਿਹਾ, ਕੋਈ ਗੇਟ ਹੋਏਗਾ ਇੱਥੇ ਕੋਈ ਨਾ। ਹਾਂਜੀ, ਇਹ ਸਨਾਤਨ ਧਰਮ ਸਭਾ ਕਾਲਜ, ਹਾਂ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਆ ਉਹ ਦੇਖਿਓ ਗੁਰਦੁਆਰਾ ਸਾਹਿਬ, ਅਤੇ ਉੱਧਰ ਪਟਿਆਲਾ ਹਾਊਸ।